ਸਤਿ ਸ਼੍ਰੀ ਅਕਾਲ ਨਮਸਤੇ ਮੈਂ ਤੁਹਾਡਾ ਛੋਟਾ ਵੀ ਸਨੀ ਸਿੰਘਾ ਜੋ ਕਿ ਧਾਰੀਵਾਲ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ ਤੋਂ ਰਹਿਣ ਵਾਲਾ ਹਾਂ ਅਤੇ ਬੜੀ ਅੱਜ ਮਾੜੀ ਖਬਰ ਸੁਣਨ ਨੂੰ ਮਿਲੀ ਆ ਕਿ ਇੰਡੀਆ ਦੇ ਵਿੱਚ ਵਰਲਡ ਕੱਪ ਹੋ ਰਿਹਾ ਅਕਤੂਬਰ ਮਹੀਨੇ ਵਾਂਡੇ ਅਤੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਵੀ ਨਹੀਂ ਮੈਚ ਕਰਵਾਇਆ ਜਾ ਰਿਹਾ ਅਤੇ ਜੇ ਇਤਿਹਾਸ ਨੂੰ ਖੋਲਿਆ ਜਾਵੇ 83 ਦਾ ਵਰਲਡ ਕੱਪ ਸੀ ਜਿਹੜਾ ਉਹ ਵੀ ਪੰਜਾਬ ਦੇ ਹੀ ਪਲੇਅਰਾਂ ਦਾ ਬੜਾ ਯੋਗਦਾਨ ਸੀ ਜਦੋਂ ਜਿਤਾਇਆ ਸੀ ਖਾਸ ਕਰਕੇ ਕਪਿਲ ਦੇਵ ਜੀ ਦਾ ਜਦੋਂ ਜਿੰਬਾਬਵੇ ਨਾਲ ਮੈਚ ਸੀ ਅਤੇ ਉਦੋਂ ਉਹਨਾਂ ਨੇ 175 ਰਨ ਮਾਰ ਕੇ ਉਹ ਮੈਚ ਜਿਤਾ ਕੇ ਅਤੇ ਟੀਮ ਨੂੰ ਅੱਗੇ ਖੜਿਆ ਸੀ ਅਤੇ ਉਸੇ ਤਰ੍ਹਾਂ ਹੀ 2011 ਦਾ ਜਿਹੜਾ ਵਰਲਡ ਕੱਪ ਸੀ ਉਦੋਂ ਵੀ ਯੁਵਰਾਜ ਸਿੰਘ ਜੀ ਮੈਨ ਆਫ ਦਾ ਸੀਰੀਜ਼ ਰਹੇ ਸੀ ਮੈਨ ਆਫ ਦਾ ਪਲੇਅਰ ਰਹੇ ਸੀ ਅਤੇ ਉਹਨਾਂ ਨੂੰ ਵੀ ਹੀ ਉਹਨਾਂ ਨੇ ਬਹੁਤ ਹੀ ਮਾਣ ਸਨਮਾਨ ਦਿੱਤਾ ਸੀ ਉਸ ਵੇਲੇ ਬੋਰਡ ਨੇ ਅਤੇ ਇਸ ਲਈ ਸਾਡਾ ਕਹਿਣ ਦਾ ਇਹੋ ਮਤਲਬ ਆ ਵੀ ਜਿੱਦਾਂ ਹੁਣ ਨਵੇਂ ਪਲੇਅਰ ਨੇ ਯੰਗ ਪਲੇਅਰ ਨੇ ਸ਼ੁਭਮ ਗਿੱਲ ਸੰਦੀਪ ਗਿੱਲ ਅਤੇ ਇਹ ਜਿਹੜੇ ਹੁਣ ਜਿਹੜੇ ਟੀਮ 'ਚ ਖੇਡ ਰਹੇ ਨੇ ਅਤੇ ਇਹ ਵੀ ਤਾਂ ਪੰਜਾਬ ਦੇ ਆ ਬਹੁਤ ਹੀ ਮਸ਼ਹੂਰ ਪਲੇਅਰ ਨੇ ਬਹੁਤ ਅੱਛੇ ਪਲੇਅਰ ਨੇ ਨੌਜਵਾਨ ਪਲੇਅਰ ਨੇ ਅਤੇ ਇਸ ਲਈ ਸਾਡੀ ਬੇਨਤੀ ਹੈ ਸਰਕਾਰਾਂ ਅੱਗੇ ਵੀ ਪੰਜਾਬ 'ਚ ਮੈਚ ਕਰਵਾਇਆ ਜਾਏ ਕ੍ਰਿਕਟ ਬੋਰਡ ਅੱਗੇ ਇੰਡੀਆ ਕ੍ਰਿਕਟ ਬੋਰਡ ਅੱਗੇ ਬੇਨਤੀ ਹੈ ਵੀ ਪੰਜਾਬ ਦੇ ਵਿੱਚ ਮੈਚ ਕਰਵਾਇਆ ਜਾਏ ਦੇਖੋ ਜੀ ਮੈਚ ਹੋਣਗੇ ਅਤੇ ਨਵੇਂ ਜਿਹੜੇ ਜਨਰੇਸ਼ਨ ਪਲੇਅਰ ਨੇ ਮੁੰਡੇ ਨੇ ਬੱਚੇ ਨੇ ਉਹ ਸਿੱਖਣਗੇ ਕੁਛ ਵੇਖਣਗੇ ਉਹਨਾਂ 'ਚ ਜੋਸ਼ ਹੋਊਗਾ ਠੀਕ ਆ ਜਦੋਂ ਮੈਚ ਨਹੀਂ ਕਰਵਾਏ ਜਾਣੇ ਇੱਥੇ ਇੰਟਰਨੈਸ਼ਨਲ ਤਾਂ ਬੱਚਿਆਂ ਨੇ ਕੀ ਕਰਨਾ ਜੋ ਉਹਨਾਂ ਨੂੰ ਦਿਖਾਵਾਂਗੇ ਆਪਾਂ ਖੜ ਕੇ ਸਾਡੇ ਵੀ ਚਲੋ ਬੱਚੇ ਆ ਆਪਾਂ ਵੀ ਉਹਨਾਂ ਨੂੰ ਖੜ ਕੇ ਵਿਖਾਵਾਂਗੇ ਉਹਨਾਂ ਦੇ ਅੰਦਰ ਸ਼ੌਂਕ ਪੈਦਾ ਹੋਵੇਗਾ ਵੀ ਚਲੋ ਆਪਾਂ ਵੀ ਇੱਕ ਦਿਨ ਇੰਡੀਆ ਦੇ ਵੱਲੋਂ ਖੇਡਾਂਗੇ ਅਤੇ ਇਸ ਲਈ ਬੇਨਤੀ ਕਰਦੇ ਅਸੀਂ ਸਰਕਾਰਾਂ ਅੱਗੇ ਮੋਦੀ ਸਾਹਿਬ ਅੱਗੇ ਅਮਿਤ ਸ਼ਾਹ ਜੀ ਅੱਗੇ ਵੀ ਮੈਚ ਕਰਵਾਏ ਜਾਣ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਆ ਮੈਚ ਕਰਵਾਉਣੇ ਦੇਖੋ ਜੀ ਦੁਨੀਆ ਦਾ ਇੰਟਰਨੈਸ਼ਨਲ ਸਟੇਡੀਅਮ ਮੋਹਾਲੀ ਚੰਡੀਗੜ੍ਹ ਦੇ ਵਿੱਚ ਆ ਅਤੇ ਜੇ ਮੈਚ ਨਾ ਹੋਏ ਤਾਂ ਫਿਰ ਦੱਸੋ ਵੀ ਕਿਸ ਤਰ੍ਹਾਂ ਅੱਗੇ ਚੱਲੂਗਾ ਇਸ ਲਈ ਅਸੀਂ ਬਾਈਕੋਟ ਕਰਾਂਗੇ ਜੇ ਮੈਚ ਨਾ ਹੋਏ ਵਰਲਡ ਕੱਪ ਦਾ ਅਸੀਂ ਆਪਣੀ ਟੀਮ ਦੇ ਨਾਲ ਗੱਲ ਕਰਕੇ ਹੋਰ ਅੱਗੇ ਸਟੈਪ ਦੇਖਾਂਗੇ ਚੁੱਕਾਂਗੇ ਹੋਰ ਅੱਗੇ ਕੀ ਕਰਨਾ ਵਾ ਅਤੇ ਸਾਡੀ ਬੇਨਤੀ ਆ ਵੀ ਮੈਚ ਕਰਵਾਏ ਜਾਣ ਅਤੇ ਜਿਹੜੇ ਨੌਜਵਾਨ ਮੁੰਡੇ ਕ੍ਰਿਕਟ ਨੂੰ ਪਿਆਰ ਕਰਦੇ ਨੇ ਜਿਹੜੇ ਕ੍ਰਿਕਟ ਵੀ ਖੇਡਦੇ ਨੇ ਪੰਜਾਬ ਦੇ ਉਹਨਾਂ ਨੂੰ ਵੀ ਕਹਾਂਗਾ ਵੀ ਅੱਗੇ ਉਹ ਇਹ ਚੀਜ਼ ਦੀ ਆਵਾਜ਼ ਚੁੱਕੋ ਵੀ ਮੈਚ ਪੰਜਾਬ 'ਚ ਕਰਵਾਏ ਜਾਣ ਸਾਰਿਆਂ ਨੂੰ ਮਿਲੇ ਧੰਨਵਾਦ।